तारीफ तारीफ प्रभु तेरा शुक्र हो। हालेलुया 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 तारीफ 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 आसमान उते हो तू ऊंचा मेरे खुदाया। आसमान उते हो तू ऊंचा मेरे खुदाया। सब तरती उते जाहिर सब तरती उते जाहिर होवे जलाल तेरा मजबूत मेरा दिल है मजबूत वड़ी तेरी है रहमत आसमान तो भी ऊंची वड़ी तेरी है रहमत आसमान तो भी ऊंची या रब तेरी अमानत या रब तेरी अमानत है बदलती कर पहुंची मजबूत मेरा दिल है मजबूत मेरा दिल है। अपने आप को परखो कि विश्वास में हो के नहीं। अपने आप को जांचो, क्या तुम अपने विषय में ये नहीं जानते कि यीशु मसीह तुम में है। प्रेज़ द लॉर्ड, वेलकम टू संडे स्कूल होसाना मसीह इक्लेसिया। आज है 5th of January और अभी हम जा रहे हैं तगड़ कलां और यादपुर और मुसापुर प्रेयर मीटिंग के लिए। और गाड़ी जब आप रोड पे लेके जाते हो तो दोनों तरफ देखें कि कोई गाड़ी तो नहीं आ रही, यानी कि गाड़ी को बहुत ही सावधानी से चलाएं। और अभी सामने सिग्नल के ऊपर रेड लाइट है, काउंटडाउन लगा हुआ है और ग्रीन होने का हम वेट करेंगे। सिग्नल ग्रीन हो चुका है और अभी हम चलेंगे। अभी हम पहुंच चुके हैं मुकेरियां। तारी 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 आज सबको मसीहा नूर से सजते रहे नूरों के नूर से सजते रहे नूरों के नूर से सजते रहे दूदे। अपने नाले तो पार कर दिता तो उन्हें क्या कि मेरे अंदर फिर खुदावंदा एक नई शुरुआत कर। बोल कड़ी नई शुरुआत नई शुरुआत कर
ਮੈਨੂੰ ਅੰਦਰ ਤੋਂ ਨਵਾਂ ਬਣਾ। ਬੋਲੋ ਕਿੱਥੋਂ? ਅੰਦਰ। ਤੇ ਉਹਦੇ ਅੰਦਰ ਫਿਰ ਖੁਦਾ ਨੇ ਇੱਕ ਨਵੀਂ ਸ਼ੁਰੂਆਤ ਕੀਤੀ, ਉਹ ਸ਼ੁਰੂਆਤ ਕੀਤੀ ਜਿਹਦੇ ਨਾਲ ਯਾਕੂਬ ਦੀ ਜ਼ਿੰਦਗੀ ਪੂਰੀ ਦੀ ਪੂਰੀ ਬਦਲ ਗਈ। ਕਿਰਪਾ ਕੁਦਰਤ ਤੇ ਫਜ਼ਲ ਦੀ ਤਾਮੀ ਇਸ ਤਰ੍ਹਾਂ ਨਾ ਰੱਖਿਆ ਵਾ। ਯਿਸੂ ਮਸੀਹ ਛੋਟੀ ਦੁਆ ਨੂੰ ਬਹੁਤ ਬਰਕਤ, ਕਿਰਪਾ, ਕੁਦਰਤ, ਸ਼ਕਤੀ ਤੇ ਫਜ਼ਲ ਦੀ ਤਾਮੀ ਦਾ ਵੱਡੀ ਮਦਦ ਕਰਕੇ ਤਾਂ ਜਾਂਦੇ ਹਾਂ। ਜਾਪ ਕਰਕੇ ਬਰਕਤ ਦੀ ਤਾਮੀ, ਬਰਕਤ ਬਿਦਾਰੀ, ਫਤਹ ਤੇ ਕੁਦਰਤ ਦੀ ਕਮੀ ਆਉਂਦੀ ਹੈ। ਬੰਦੇ ਦੀ ਬਹੁਤ ਮਦਦ ਕੀਤੀ, ਤੇਰਾ ਲੱਖ ਲੱਖ ਵਾਰੀ ਸ਼ੁਕਰ ਕਰਦੇ ਬਰਕਤ ਤੇ ਜਲਾਲ ਦੇ ਪ੍ਰਭੂ ਆਉਂਦੀ। ਨਗਰ ਕਲਾ ਮੀਟਿੰਗ ਕੇ ਬਾਅਦ ਅਭੀ ਹਮ ਜਾਏਂਗੇ ਯਾਦਪੁਰ ਔਰ ਉਸਕੇ ਬਾਅਦ ਫਿਰ ਮੁਸਾਪੁਰ। ਤੇਰਾ ਸ਼ੁਕਰ, ਹਾਲੇਲੂਇਆ, 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 ਹਾਲੇਲੂਇਆ। ਇੱਕ ਇਹ ਦੇਖਣਾ ਵਾ ਕਿ ਜੇ ਯਿਸੂ ਮਸੀਹ ਨੂੰ ਮਸੀਹ ਹੋ ਕੇ ਦੁੱਖ ਝੱਲਣਾ ਪਿਆ, ਅਤੇ ਸਾਨੂੰ ਜੇ ਪ੍ਰਭੂ ਦੇ ਬਚਨ ਦੇ ਲਈ ਜਾਂ ਕੋਈ ਕਲੀਸਿਆ ਦੇ ਲਈ ਦੁੱਖ ਉੱਠਣਾ ਪੈਂਦਾ ਵਾ, ਤਾਂ ਕੋਈ ਅਚਰਜ ਨਹੀਂ ਮੰਨਣਾ ਵੀ ਇਹ ਕਿਉਂ ਹੋਇਆ। ਕਹਿੰਦਾ ਵੀ ਤੁਸੀਂ ਵੀ ਉਸੇ ਤਰ੍ਹਾਂ ਦੇ ਹਥਿਆਰ ਬੰਨ ਲਓ ਜਿਸ ਤਰ੍ਹਾਂ ਦੇ ਯਿਸੂ ਮਸੀਹ ਨੇ ਬੰਨੇ ਸੀਗੇ। ਅਤੇ ਉਹਨੇ ਸਰੀਰ ਵਿੱਚ ਦੁੱਖ ਝੱਲਿਆ, ਅਤੇ ਲਿਖਿਆ ਕਿ ਜਿਹੜਾ ਸਰੀਰ ਵਿੱਚ ਦੁੱਖ ਝੱਲਦਾ ਵਾ ਨਾ ਉਹ ਪਾਪ ਦੁਖੀ ਹੋ ਜਾਂਦਾ, ਰਹਿਤ ਹੋ ਜਾਂਦਾ। ਦੁੱਖਾਂ ਦੀਆਂ ਕਾਮਨਾਵਾਂ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ। ਯਾਨੀ ਕਿ ਜਿਹੜੀ ਸਾਡੀ ਬਾਕੀ ਉਮਰ ਵਾ ਨਾ, ਅਸੀਂ ਪ੍ਰਭੂ ਦੇ ਵਚਨ ਦੇ ਅਨੁਸਾਰ ਆਪਣੀ ਉਮਰ ਕੱਟਣੀ ਆ, ਨਾ ਕਿ ਦੁਨੀਆਂ ਦੇ ਤਰੀਕੇ ਨਾਲ। ਔਰ ਅਭੀ ਹਮ ਗਾੜੀ ਕੇ ਟਾਇਰਸ ਕਾ ਏਅਰ ਪ੍ਰੈਸ਼ਰ ਚੈੱਕ ਕਰਵਾ ਰਹੇ ਹੈ। और ये हम पहुंच चुके हैं वापस। कौन होंगे साहब? पेपर वाला हो। ईश्वर ਤੁਹਾਡਾ ਸ਼ੁਕਰ ਹੋ, ਆਉਣ ਚ ਮਦਦ ਕੀ, ਸਹੀ ਸਲਾਮਤ ਲੈ ਕੇ ਆਇਆ, ਇਸ ਵਾਸਤੇ ਤੁਹਾਡਾ ਸ਼ੁਕਰ ਹੋ। ਇਹ ਦੁਆ ਮੰਗਦੇ ਹਾਂ ਤੁਹਾਡੇ ਪਿਆਰੇ ਬੇਟੇ ਸਾਡੇ ਗੁਦਾਮ ਦੀ ਉਸਮਸੀ ਦੇ ਨਾਮ ਦੇ ਵਸੀਲੇ, ਆਮੀਨ। ਬੋਲੋ